ਤੇ ਖੇਡਣ ਆ ਜਾਓ, ਕਿਉਂਕਿ ਮੈਂ ਸਟਾਇਰ ਹੀ ਕੀਤਾ, ਪੋਲੀਟੀਕਲ ਸਟਾਇਰ ਹੀ ਕੀਤਾ ਹੁਣ ਤੱਕ ਮੈਂ, ਤਾਂ ਮੇਰੇ ਕੋਲ ਜਵਾਬ ਹੈਗੇ ਨੇ। ਇਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ, ਪੰਜਾਬੀ ਨਹੀਂ ਬੋਲਣੀ ਆਉਂਦੀ, ਪਹਿਲਾਂ ਚੋਨਾ ਫਿਰ ਚੋਨਾ, ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹੀ ਕਹੀ ਜਾਂਦੀ ਹੈ? ਮੈਂ ਕਿਹਾ ਹਰਸਿਮਰਤ ਕੌਰ ਕਹੀ ਜਾਂਦੀ, ਇਹ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਣਾਂ ਕਹਿੰਦੀ ਹੈ? ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਜੀ। ਇਹ ਭਗਵੰਤ ਮਾਨ ਹੈ, ਮੈਂ ਕਿਹਾ ਜੀ ਭਗਵੰਤ ਮਾਨ ਹੈ, ਬੱਬੇ ਭੱਬੇ ਦਾ ਫਰਕ ਨਹੀਂ ਪਤਾ ਜੀ। ਇਹ ਪੰਜਾਬ ਦੀ ਪਿੱਠ ਵਿੱਚ ਛੋਰਾ ਗੋਪਦਾ, ਉਹ ਮੈਂ ਗੋਪਦਾ ਨਹੀਂ ਹੁੰਦਾ, ਇਹ ਤਾਂ ਛੋਰੇ ਦੀ ਬੇਇੱਜ਼ਤੀ ਕਰ ਰਹੇ ਹੋ ਤੁਸੀਂ। ਮੈਂ ਸ਼ਰਤ ਲਾ ਕੇ ਕਹਿ ਰੱਖਿਆ ਆ ਚਾਰ ਜਾਣੇ ਦਾ, ਖਾਸ ਤੌਰ 'ਤੇ ਬਾਜਵਾ, ਬੜਿੰਗ, ਨਵਜੋਤ ਸਿੱਧੂ, ਸੁਖਬੀਰ ਬਾਦਲ ਮਜੀਠੀਆ, ਪੰਜਾਬੀ ਦਾ ਪੇਪਰ ਦੇਣ। ਊਂ ਤਾਂ 33 'ਤੇ ਪਾਸ ਹੈ, ਚਲੋ ਮੈਂ 25 'ਤੇ ਕਰੂੰ, ਪੰਜਾਬੀ ਪਾਸ ਕਰਕੇ ਦਿਖਾਉਣ। ਹੋਰ ਦੱਸੋ, ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਊਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ। ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ, ਪਰ ਲਿਖਣਗੇ ਕਿਵੇਂ ਪੰਜਾਬੀ 'ਚ? ਲਿਖਣਾ ਨਹੀਂ ਆਉਂਦਾ। ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ, ਪੰਜਾਬੀ ਆਉਂਦੀ ਨਹੀਂ। ਸੋ ਇਸ ਕਰਕੇ ਤੁਸੀਂ, ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਤੁਸੀਂ ਤਾਂ ਖੈਰ ਪੜ੍ਹੇ ਲਿਖੇ ਹੈਗੇ ਹੋ, ਪਰ ਥੋੜ੍ਹਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ, ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ, ਬਹੁਤ ਘੱਟ ਪਰਸੈਂਟੇਜ ਪੈਂਦੀ ਹੈ ਸ਼ਹਿਰਾਂ 'ਚੋਂ। ਇੱਕ ਪਿਕਨਿਕ ਡੇ ਸਮਝ ਲੈਂਦੇ ਹੋ ਵੀ ਛੱਡ ਪਰੇ ਆਪਾਂ ਨੇ ਕੀ ਲੈਣਾ, ਇਹ ਤਾਂ ਅਸੀਂ ਚੱਲੀ ਜਾਓ, ਹਿੱਸਾ ਜ਼ਰੂਰ ਲਓ। ਜੇ ਤੁਸੀਂ ਨਹੀਂ ਕਿਸੇ ਨੂੰ ਪਾਉਣੀ ਨੋਟਾਂ ਦਾ ਦੱਬਿਆ, ਉਹ ਘੱਟੋ ਘੱਟ ਆਪਣੀ ਹਾਜ਼ਰੀ ਲਵਾਓ ਉੱਥੇ। ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ, ਸਾਰੇ ਜਾਨਵਰ ਭੱਜ ਗਏ, ਇੱਕ ਚਿੜੀ ਇਕੱਲੀ ਹੋਈ ਸੀ, ਛੱਪੜ 'ਚੋਂ ਚੁੰਝ ਭਰਿਆ ਕਰੇ ਪਾਣੀ ਦੀ, ਪਾਣੀ 'ਤੇ ਪਾ ਅੱਗ 'ਤੇ ਪਾ ਕੇ ਆ ਜਾ ਕਰੇ, ਫਿਰ ਜਾਇਆ ਕਰੇ। ਚਾਰ ਪੰਜ ਵਾਰੀ ਜਦੋਂ ਇੱਦਾਂ ਕੀਤਾ, ਬਾਕੀ ਜਾਨਵਰ ਹੱਸਣ ਲੱਗ ਗਏ, ਕਹਿੰਦੇ ਚਿੜੀ ਇਹ ਕਮਲੀ ਭੋਲੀ ਹੈ, ਇਹ ਜੰਗਲ ਦੀ ਅੱਗ ਹੈ, ਤੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ। ਉਹ ਕਹਿੰਦੀ ਮੈਨੂੰ ਪੱਕਾ ਪਤਾ ਕਿ ਮੇਰੀ ਚੁੰਝ ਦੇ ਪਾਣੀ ਨਾਲ ਇਹ ਬੁਝਣੀ ਨਹੀਂ, ਪਰ ਜਦੋਂ ਹਿਸਟਰੀ ਲਿਖੀ ਜਾਊਗੀ ਨਾ ਕਦੇ ਇਸ ਅੱਗ ਦੀ, ਤਾਂ ਉਦੋਂ ਮੇਰਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਆਊਗਾ, ਤੁਹਾਡਾ ਨਾਂ ਬਹਿ ਕੇ ਤਮਾਸ਼ਾ ਦੇਖਣ 'ਚ ਆਊਗਾ। ਇਸ ਕਰਕੇ ਵੋਟਾਂ ਵੇਲੇ ਜ਼ਰੂਰ ਹਿੱਸਾ ਪਾਓ, ਭਾਵੇਂ ਕਿਸੇ ਨੂੰ ਵੀ ਨਾ ਪਾਓ। ਹੁਣ ਤਾਂ ਥੋੜ੍ਹੀ ਜਿਹੀ ਆਪਸ਼ਨ ਵਧੀਆ ਹੋ ਗਈ ਨਾ, ਪਹਿਲਾਂ ਤਾਂ ਆਪਸ਼ਨ ਵੀ ਉਹੀ ਸੀ ਯਾਰ, ਉਹੀ ਨੇ, ਪੰਜ ਸੱਤ ਚੋਰਾਂ ਦੀ ਲਿਸਟ ਆ ਜਾਂਦੀ ਹੈ, ਜਿਹੜਾ ਸਭ ਤੋਂ ਮਤਲਬ ਘੱਟ ਲੁੱਟਦਾ ਉਹਨੂੰ ਪਾ ਦਿਓ, ਉਹ ਫਿਰ ਵੱਧ ਲੁੱਟਣ ਲੱਗ ਜਾਂਦੇ ਸੀ ਬਾਅਦ 'ਚ। ਸੋ ਇਸ ਕਰਕੇ ਜ਼ਰੂਰ ਹਿੱਸਾ ਲਓ, ਡੈਮੋਕ੍ਰੇਸੀ ਹੈ। ਆਪਾਂ ਨੂੰ ਇਹ ਜਿਹੜੇ ਵੋਟਰ ਕਾਰਡ ਨੇ, ਇਹ ਵੋਟਰ ਕਾਰਡ ਆਪਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤ ਰਾਏ, ਚੰਦਰ ਸ਼ੇਖਰ ਆਜ਼ਾਦ ਹੋਰਾਂ ਨੇ, ਹਜ਼ਾਰਾਂ ਹੋਰ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ। ਇਹਨੂੰ ਸਸਤਾ ਨਾ ਸਮਝਿਓ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।